वालेकुम जी, उम्मीद करता तुसीं सारे खरीए ना होगे, वधिया होगे। लो जी, अज असीं ब्रैड फॉर आए हां, ओह वी पिंड दे अंदर। ते काफी कहंदे सी जी पिंड तुसीं नहीं गए, ते सारा ब्रैड फॉर वेख लिया। मैं लो चलदे हां जी, ब्रैड फॉर दा पिंड भी वेखदे। इन्हां दे खाणे दी तारीफ बड़ी सुनी है। आ देसी भरा तुहाडा इत्थे ही पहुंच गया जी, साडा पूरा टब्बर इत्थे खाणा खाण आया। मैं चलो जी पिंड दे खाणे तुहाडे नाल वी शेयर करदे हां। बई पिंड वाले खाणे की हो जे, वाकई पिंड वाले खवा रहे ने कि जां खाली गल ही है, की ख्याल है? चलिए वेखिए पिंड अंदर है की हो जां। चलो जी विखाने अज फिर तुहानू पिंड ब्रैड फॉर दा पाकिस्तान दे ते वेखे ने, ते अज ब्रैड फॉर दा पिंड विखाने जी। माहौल ते पिंडां वाले लग रहा है, वेख लो, सिर्फ घोड़े दी कमी है, बकाया ते काम इन्ना पूरा ही है। ते माशाल्लाह बाहरों पिंड ही लग रहा है जी, किन्ना सोहना जिहा। माशाल्लाह जी, ओनर बाहर ही खड़े ने, आवाज़ ला रहे ने पिंड दे अंदर। अस्सलाम वालेकुम जनाब। वालेकुम सलाम जनाब। सर की हाल है? अलहमदुलिल्लाह सर, ठीक ठाक हो? शुक्र अलहमदुलिल्लाह। ते सुनाओ जी, अपना ब्रैड फॉर दा पिंड है की हो जिहा? सर तुसीं देख लो, तुहाडे ब्रैड फॉर आ के तुहाडा पिंड चुके सी इत्थे लाए आ। अच्छा, तां कि तुहाडियां ज्यादा ताज़ा रहन। आए ते वेखो ना, पूरा माहौल बनाया जी, पूरा पिंड दा है जी। ते घोड़े लगदा घा घा खान गए ने जे? बस जी घोड़िया की थोड़ा जी प्रॉब्लम सी। अच्छा, इंशाल्लाह घोड़े भी ले आवां। खुला रहंदा जी सर जी, 7 डेज। 7 डेज, 7 डेज जी। जेड़े दिल करे तुसी पिंड पहुंच जाओ सर। एनी टाइम 4 till 11 o'clock वे ओपन है गया, ते सैटरडे संडे सी होंदे आ 2 to 11 o'clock तक ਤੁਹਾਡੀ ਖਿਦਮਤ ਦੇ ਲਈ। ਅੱਛਾ, ਐਨੀ ਟਾਈਮ ਆਓ ਜਨਾਬ ਤੁਹਾਡਾ। ਲੋਕ ਕਹਿੰਦੇ ਨੇ ਇਹ ਵਾਕਈ ਪਿੰਡ ਵਾਲੇ ਖਾਣੇ ਨੇ, ਵਾਕਈ ਪਿੰਡ ਵਾਲੇ ਖਾਣੇ ਨੇ। ਕੋਸ਼ਿਸ਼ ਕੀਤੀ ਹੈ ਅਲਹਮਦੁਲਿਲਾ, ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਉਹੀ ਜ਼ਾਇਕਾ ਦਈਏ, ਸਪੈਸ਼ਲੀ ਲਾਹੌਰੀ ਜਿਹੜਾ ਟੇਸਟ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਥੇ। ਤੇ ਬਾਕੀ ਤੁਸੀਂ ਜਦੋਂ ਅੰਦਰ ਜਾਓਗੇ, ਖਾਣਾ ਖਾਓਗੇ, ਫਿਰ ਵੇਖੋਗੇ ਨਾ। ਬਿਲਕੁਲ, ਤੇ ਸੁਣੇ ਅੰਦਰ ਮਾਹੌਲ ਹੀ ਬੜਾ ਪਿੰਡ ਵਾਲਾ ਹੈ। ਇਹ ਹਕੀਕਤ ਹੈ, ਮੈਂ ਤਾਂ ਅੰਦਰ ਗਿਆ ਨਹੀਂ ਪਿੰਡ ਦੇ ਅੰਦਰ। ਮੈਂ ਜੀ ਇੱਕ ਛੋਟੀ ਜਿਹੀ ਕਾਵਿਸ਼ ਕੀਤੀ ਹੈ। ਹਾਂਜੀ, ਤੇ ਸਮਝ ਲਓ ਕਿ ਆਪਣਾ ਕਲਚਰ ਇੰਟਰੋਡਿਊਸ ਕਰਾਉਣ ਦੀ ਇੱਥੇ ਬ੍ਰੈਡਫੋਰਡ ਦੇ ਵਿੱਚ, ਤੇ ਪਹਿਲਾ ਸਮਝ ਲਓ ਕਿ ਦੇਸੀ ਰੈਸਟੋਰੈਂਟ ਮੈਂ ਹੀ ਬਣਾਇਆ ਸੀ ਇੱਥੇ। ਬਿਲਕੁਲ, ਤੇ ਉਹਨੂੰ ਕੋਸ਼ਿਸ਼ ਹੀ ਅੰਦਰ ਜਾਓ, ਦੇਖੋ ਚਨਿਓੜ ਤੋਂ ਮੈਂ ਪੀੜੇ ਮੂੜੇ ਆਏ, ਇਸ ਤਰ੍ਹਾਂ ਦੀ ਚੀਜ਼ਾਂ ਤੁਹਾਡੇ ਲਈ, ਖੱਟਾ ਜਿਹਨੂੰ ਤੋਂ ਆਪਣੀ ਜ਼ਬਾਨ 'ਚ ਕਹਿੰਦੇ ਮੰਜੀਆਂ ਸਾਡੀ ਜ਼ਬਾਨ 'ਚ, ਉਹ ਲੈ ਕੇ ਆਏ ਆ। ਚਲੀਏ ਫਿਰ ਪਿੰਡ ਦੇ ਅੰਦਰ ਵਿਖਾਈਏ ਫਿਰ। ਚਲੋ ਜੀ ਚੱਲਦੇ ਹਾਂ ਜੀ ਪਿੰਡ ਦੇ ਅੰਦਰ, ਵੇਖਦੇ ਹਾਂ ਜੀ ਪਿੰਡ ਹੈ ਕੀ ਹੋ ਜਾ। ਬਾਹਰੋਂ ਤਾਂ ਬੜਾ ਸੋਹਣਾ ਲੱਗ ਰਿਹਾ, ਤੇ ਅੰਦਰ ਵੀ ਤੇ ਜ਼ਹਿਰੀ ਗੱਲ ਸੋਹਣਾ ਹੀ ਹੋਣਾ। ਲਓ ਜੀ ਅਸੀਂ ਪਿੰਡ ਦੇ ਅੰਦਰ ਆ ਗਏ ਹਾਂ, ਵੇਖ ਲਓ ਪਿੰਡ ਮਾਸ਼ਾਅੱਲਾ ਬੜਾ ਵਧੀਆ ਜਿਹਾ ਵੇਖ ਲਓ ਜੀ। ਤੇ ਮਾਸ਼ਾਅੱਲਾ ਬਿਲਕੁਲ ਹੀ ਪਿੰਡ ਵਾਲਾ ਹੀ ਮਾਹੌਲ ਹੈ ਇੱਥੇ, ਵੇਖ ਲਓ। ਇਹ ਵੇਖ ਲਓ ਜੀ, ਉਹ ਜੀ ਕੁਰਸੀਆਂ ਲੱਗੀਆਂ ਨੇ ਬੜੀਆਂ ਵਧੀਆ ਜੀਆਂ, ਤੇ ਮਾਸ਼ਾਅੱਲਾ ਜਿਵੇਂ ਬਾਹਰ ਲੱਗ ਰਿਹਾ ਸੀ ਨਾ ਪਿੰਡ, ਤੇ ਉੱਕਾ ਵੀ ਬੜਾ ਵਧੀਆ ਜਿਹਾ ਵਿਆਹ ਸਾਹਮਣੇ ਆਇਆ ਹੋਇਆ ਹੈ। ਤੇ ਖਾਣੇ ਤੇ ਇਹਨਾਂ ਦੇ ਵਧੀਆ ਹੋਣਗੇ ਜੀ। ਤੇ ਬਾਕੀ ਭਾਈ ਜਾਨ ਬੜਾ ਪਿੰਡ ਵਾਲਾ ਹੀ ਮਾਹੌਲ ਹੈ ਅੰਦਰ। ਸਰ ਦੇਖ ਲਓ, ਤੁਹਾਨੂੰ ਕਿਹਾ ਸੀ ਬਾਹਰੋਂ ਪਿੰਡ ਵਾਲਾ ਮਾਹੌਲ ਹੈ, ਤੁਹਾਨੂੰ ਮਜ਼ਾ ਆਏਗਾ ਅੰਦਰ ਜਾ ਕੇ। ਹਾਂਜੀ, ਮਜ਼ਾ ਲੈਣ ਆਇਆ, ਤੇ ਮਾਸ਼ਾਅੱਲਾ ਬਿਲਕੁਲ ਫੀਲ ਹੁੰਦਾ ਬੰਦਾ ਆਪਣੇ ਤੁਹਾਡਾ ਕਲਚਰ ਦਾ ਸਾਰਾ ਤੇ। ਹਾਂਜੀ, ਵੇਖ ਲਓ ਜੀ ਕਿਵੇਂ ਮੂੜੇ ਪਏ ਨੇ, ਪਸੰਦ ਬਹਾਰ ਦੀ ਆਪਣਾ ਮਜ਼ੇ ਦੀ ਗੱਲ ਹੈ। ਕੰਧਾਂ ਵੀ ਮਿੱਟੀ ਦੀਆਂ ਕਿਵੇਂ ਬਣਾ ਲਈਆਂ ਨੇ? ਬਸ ਇਹ ਹੈ ਥੋੜਾ ਜਿਹਾ ਸਮਝ ਲਓ ਕਿ ਮੁਸ਼ਕਲ ਸੀ ਸਾਡੇ ਲਈ, ਹਾਂਜੀ, ਫੇਰ ਵੀ ਅਸੀਂ ਬੰਦਾ ਲੱਭ ਲਿਆ, ਤੇ ਬੰਦਾ ਲੱਭ ਲਿਆ ਤੁਹਾਡੇ ਨਾਲ ਦਾ ਭਾਈ ਸੀ, ਉਹਨੇ ਸਾਡੀ ਬੜੀ ਮਦਦ ਕੀਤੀ, ਉਹਦਾ ਪਿੰਡੂ ਬੰਦਾ ਲੱਭ ਹੀ ਲਿਆ ਜੀ, ਅਸੀਂ ਕੰਧਾ ਲੇਪ ਕੇ ਦਿੱਤੀਆਂ ਨੇ, ਅਸੀਂ ਬਣਵਾਏ ਨੇ ਸਪੈਸ਼ਲੀ, ਸਪੈਸ਼ਲ ਮੰਜੇ ਬਣਵਾਏ ਨੇ ਸਪੈਸ਼ਲ। ਆਏ, ਇਹ ਤਾਂ ਫਿਰ ਜ਼ਹਿਰ ਕਿ ਪੂਰਾ ਪਿੰਡ ਜੇ ਲੈ ਕੇ ਆਂਦਾ ਤੁਸੀਂ, ਕੋਸ਼ਿਸ਼ ਕੀਤੀ ਹੈ ਜੀ ਬਸ। ਤੇ ਮਾਸ਼ਾਅੱਲਾ ਇਹਨਾਂ ਦਾ ਕਾਊਂਟਰ ਬੜਾ ਸਾਫ਼ ਸੁਥਰਾ ਜਿਹਾ ਵੇਖ ਲਓ, ਸਭ ਕੁਝ ਤਾਜ਼ਾ ਤਾਜ਼ਾ ਲੱਗਾ ਇੱਥੇ, ਹਾਂ ਜੀ, ਹਰ ਇੱਕ ਚੀਜ਼ ਸਾਹਮਣੇ ਕਾਊਂਟਰ ਦੇ ਅੰਦਰ ਲੱਗੀ ਹੈ। ਤੇ ਮਾਸ਼ਾਅੱਲਾ ਪਿੱਛੇ ਕੰਮ ਹੀ ਬੜਾ ਵਧੀਆ ਜਿਹਾ, ਪਾਕਿਸਤਾਨ ਤੇ ਦਾਣੇ ਤੇ ਕਾਫੀ ਛਾਣੇ ਨੇ, ਵੇਖ ਲਓ ਜੀ, ਸ਼ੌਕ ਦਾ ਕੋਈ ਮੁੱਲ ਨਹੀਂ ਭਾਈ, ਔਰ ਕਹਿੰਦੇ ਜੀ ਸ਼ਬਾਕੀ ਸ਼ੌਕ ਦਾ ਮੁੱਲ ਕੋਈ ਨਹੀਂ, ਵੇਖ ਲਓ ਲਾਲ ਟੈਨਾ ਵੀ ਤੇ ਨਾਲ ਵੇਖ ਲਓ, ਹੈ ਜੀ, ਇਹਨੂੰ ਪੁਰਾਂਦਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਤੇ ਨਾਲ ਅਚਾਰ ਪਾਉਣ ਵਾਸਤੇ ਸਾਰਾ, ਤੇ ਨਾਲ ਢੋਲਕੀ ਹੈ ਜੀ, ਤੇ ਪੱਖੇ ਹੀ ਬੜੇ ਵਧੀਆ ਵਧੀਆ ਲੱਗੇ ਨੇ ਸਾਈਡ ਤੇ, ਪਤੰਗਬਾਜ਼ੀ ਦਾ ਵੀ ਭਾਈ ਉਹਨਾਂ ਨੂੰ ਲੱਗਦਾ ਕਾਫੀ ਸ਼ੌਕ ਸੀ, ਤੇ ਵੇਖ ਲਓ ਉੱਤੇ ਆਪਣਾ ਸਾਰਾ ਵਧੀਆ ਜਿਹਾ ਮਾਹੌਲ ਲੱਗਾ ਹੈ ਜੀ, ਜ਼ਬਰਦਸਤ ਜਿਹਾ ਸਿਸਟਮ ਇਹਨਾਂ ਕੋਲ, ਤੇ ਜਗ੍ਹਾ ਵੀ ਇਹਨਾਂ ਕੋਲ ਮਾਸ਼ਾਅੱਲਾ ਕਾਫੀ ਹੈ ਜੀ, ਜਗ੍ਹਾ ਦੀ ਥੋੜ੍ਹ ਨਹੀਂ ਹੋਏਗੀ, ਤੁਸੀਂ ਆਓ ਖਾਣੇ ਇੰਜੋਏ ਕਰੋ ਆਰਾਮ ਨਾਲ ਜੀ। ਇਹਨਾਂ ਕੋਲ ਉੱਪਰ ਹੀ ਬੜਾ ਵਧੀਆ ਜਿਹਾ ਮਾਹੌਲ ਹੈ, ਵੇਖ ਲਓ ਜੀ, ਘੜੇ ਪਏ ਨੇ ਕਿੰਨੇ ਸੋਹਣੇ ਸੋਹਣੇ ਆ ਜੀ, ਆਏ ਮਿੱਟੀ ਦੇ ਘੜੇ ਦੇ, ਤੇ ਪਿੰਡ ਵਾਲੀ ਫੀਲਿੰਗ ਆ ਰਹੀ ਹੈ ਕਿ ਨਹੀਂ ਆ ਰਹੀ? ਬਿਲਕੁਲ ਆ ਰਹੀ ਹੈ ਜਨਾਬ, ਇੱਧਰ ਦੇਸੀ ਵਾਲੇ ਘੜੇ ਪਏ ਨੇ ਵਧੀਆ ਜੇ, ਇਹ ਦੇਖ ਲਓ ਵਾਹ, ਤੇ ਮਾਸ਼ਾਅੱਲਾ ਜੀ ਹਰ ਇੱਕ ਚੀਜ਼ ਭਾਈ ਔਰ ਵਾਕਈ ਲੈ ਕੇ ਆ ਗਏ ਨੇ, ਬਿਲਕੁਲ ਆਪਣਾ ਪਾਕਿਸਤਾਨ ਵਾਲਾ ਕਲਚਰ ਇਹਨਾਂ ਰਿਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਇਹਨਾਂ ਦਾ ਉੱਪਰ ਵਾਲਾ ਮਾਹੌਲ ਹੈ, ਤੇ ਸਿਟਿੰਗ ਏਰੀਆ ਦੀ ਇੱਥੇ ਕਮੀ ਨਹੀਂ ਹੋਏਗੀ, ਖੁੱਲ੍ਹਾ ਸਿਟਿੰਗ ਏਰੀਆ ਜਨਾਬ, ਜਿੱਥੇ ਆ ਕੇ ਮਰਜ਼ੀ ਬਹਿ ਕੇ ਤੁਸੀਂ ਖਾਣੇ ਇੰਜੋਏ ਕਰੋ, ਕਿਆ ਜ਼ਬਰਦਸਤ ਜੀ ਫੀਲਿੰਗ ਹੈ, ਯਕੀਨ ਕਰੋ। ਮਿੱਟੀ ਇਹ ਤਾਂ ਮੈਨੂੰ ਬੜਾ ਪਸੰਦ ਆਇਆ, ਵੇਖੋ ਨਾ ਮਿੱਟੀ ਦੀਆਂ ਕੰਧਾਂ ਹੈ ਜੀ, ਕਿੱਥੇ ਮਿਲਣਗੀਆਂ, ਆਏ ਹਾਏ ਹਾਏ,
क्या जबरदस्त माहौल है माशाल्लाह। जे कोई फंक्शन कराना होए कोई बड़ा सा कोई कितनी सीटिंग है ਤੁਹਾਡੇ ਕੋਲ? ਐਨੀ ਟਾਈਮ ਸਾਡੇ ਕੋਲ ਜਿਹੜੀ ਸਿਟਿੰਗ ਕੈਪੈਸਿਟੀ ਹੈ ਨਾ ਜੀ ਜੀ ਉਹ ਤਕਰੀਬਨ 250 ਬੰਦੇ ਦੀ 250 ਬੰਦੇ ਦੀ ਹੈ ਜੀ। 125 ਬੰਦੇ ਅਕੋਮੋਡੇਟ ਅਸੀਂ ਕਰ ਸਕਨੇ ਆ ਜੀ ਜੀ। ਤੇ ਐਨੀ ਟਾਈਮ ਕੋਈ ਬਰਥਡੇ ਪਾਰਟੀ ਹੋਵੇ ਕੋਈ ਫੰਕਸ਼ਨ ਹੋਵੇ ਤੇ ਸਾਡੇ ਨੰਬਰ ਤੇ ਰابطਾ ਕਰੋ ਸਾਡੀ ਵੈਬਸਾਈਟ ਨੂੰ ਦੇਖੋ। ਬਿਲਕੁਲ ਤੇ ਮੋਸਟ ਵੈਲਕਮ। ਇਹਦਾ ਮਤਲਬ ਕੋਈ ਫੰਕਸ਼ਨ ਕਰਾਉਣਾ ਹੋਵੇ ਉਹ ਵੀ ਤੁਹਾਡੇ ਕੋਲ ਸਹੂਲਤ ਮੌਜੂਦ ਹੈ? ਐਨੀ ਟਾਈਮ ਸਰ, ਐਨੀ ਟਾਈਮ। ਇਹ ਤਾਂ ਬੜਾ ਫਾਇਦਾ ਜਨਾਬ, ਨਾਲ ਪਿੰਡ ਦੇ ਖਾਣੇ ਖਾਓ ਤੇ ਨਾਲ ਫੰਕਸ਼ਨ ਵੀ ਇੰਜੋਏ ਕਰੋ ਹੈ ਜੀ। ਬਿਲਕੁਲ ਜੀ, ਕਿਉਂ ਨਹੀਂ। ਬਾਹਰੋਂ ਆਓਗੇ ਤੇ ਯੂਕੇ ਲੱਗੇਗਾ, ਅੰਦਰ ਵੜੋਗੇ ਤੇ ਪਿੰਡ 'ਚ ਹੈ ਜੀ, ਪਾਕਿਸਤਾਨ ਦਾ ਪਿੰਡ ਆ ਜਾਏਗਾ। ਤੇ ਮਾਸ਼ਾਅੱਲਾ ਬੜੀ ਅੱਛੀ ਕੋਸ਼ਿਸ਼ ਕਰ ਰਹੇ ਹੋ ਜਨਾਬ, ਆਪਣਾ ਕਲਚਰ ਯੂਕੇ ਦੇ ਅੰਦਰ ਪ੍ਰਮੋਟ ਕਰ ਰਹੇ ਹੋ। ਮਾਸ਼ਾਅੱਲਾ ਵੇਖ ਲਓ ਜੀ, ਪੀੜੇ ਵੀ ਪੀੜੇ ਕਹਿ ਰਹੇ ਜੀ, ਖੱਟਾਂ ਵੀ ਸਾਹਮਣੇ ਪਈਆਂ ਨੇ ਤੇ ਆਪਣਾ ਤੱਕੀ ਵੀ ਨਾਲ। ਵੇਖ ਲਓ ਜੀ, ਇੰਜੋਏ ਕਰ ਰਹੇ ਨੇ ਖੱਟ ਤੇ ਨਾਲ ਚਾਚਾ ਜੀ ਬੈਠੇ ਨੇ ਇੱਧਰ। ਚਾਚਾ ਜੀ ਕੈਸਾ ਮਾਹੌਲ ਹੈ? ਬਹੁਤ ਬਹੁਤ ਅੱਛਾ ਹੈ। ਅੱਛਾ ਮਾਹੌਲ ਹੈ? ਬਿਲਕੁਲ। ਚਾਚਾ ਜੀ ਕਹਿੰਦੇ ਜੀ ਅੱਛਾ ਮਾਹੌਲ ਹੈ, ਚਾਚੇ ਹੋਣਾਂ ਦੀ ਮਿਹਰਬਾਨੀ ਨਾਲ ਲੈ ਕੇ ਆਂਦਾ ਦਾਵਤ ਦਿੱਤੀ ਅੱਜ ਹੈ ਜੀ। ਵੈਲਕਮ ਜਿਲੇ ਮੰਡੀ ਆਓ। ਬਿਲਕੁਲ, ਚਾਚੇ ਹੋਣਾਂ ਦਿੱਤੀ ਹੈ ਦਾਵਤ ਅੱਜ ਖਾਣ ਵਾਸਤੇ। ਮਾਸ਼ਾਅੱਲਾ ਵੇਖ ਲਓ ਜੀ, ਵਧੀਆ ਵਧੀਆ ਜੀ ਰੋਟੀਆਂ ਜਿਵੇਂ ਪਾਕਿਸਤਾਨ ਹੁੰਦੀਆਂ ਨੇ ਉਹੀ ਮਾਹੌਲ ਲੱਗਾ ਇੱਥੇ ਵੇਖ ਲਓ। ਸਪੈਸ਼ਲ ਲਾਹੌਰ ਤੋਂ ਪਰਦੇਸੀ ਨਾ ਹੈ ਕੀ ਨਾਂ ਜੀ? ਰੋਹ ਪਰਦੇਸੀ। ਰੋਹ ਪਰਦੇਸੀ ਤੇ ਮਾਸ਼ਾਅੱਲਾ ਪਰਦੇਸ ਦੇ ਅੰਦਰ ਖਲੋ ਕੇ ਰੋਟੀਆਂ ਲਾ ਰਹੇ ਨੇ। ਵਾਹ ਜੀ ਵਾਹ, ਵੇਖ ਲਓ ਗਰਮਾ ਗਰਮ ਰੋਟੀ ਤਿਆਰ ਹੋ ਰਹੀ ਹੈ ਇੱਧਰ। ਕਿਆ ਬਾਤ ਹੈ ਜਨਾਬ, ਤੇ ਰੋਟੀ ਦੀ ਬੜੀ ਵਧੀਆ ਜੀ ਖੁਸ਼ਬੂ ਆ ਰਹੀ ਹੈ ਜਿਵੇਂ ਪਾਕਿਸਤਾਨ ਹੋਟਲ ਤੇ ਰੋਟੀ ਲੱਗਦੀ ਨੋ ਜੀ। ਵਾਹ ਜੀ ਵਾਹ, ਕਿਆ ਬਾਤ ਹੈ। ਸਰਵਿਸ ਸਟੇਸ਼ਨ ਹੈ? ਅੱਛਾ, ਇਹ ਸਰਵਿਸ ਸਟੇਸ਼ਨ ਹੈ ਜਿਹੜਾ ਖਾਣਾ ਅੰਦਰ ਰੈਡੀ ਹੁੰਦਾ ਹੈ ਇੱਥੇ ਆਉਂਦਾ ਹੈ। ਅੱਛਾ, ਸਲਿਪਸ ਲੱਗੀਆਂ ਵੇਟਰ ਦੇ ਲਈ, ਅਤੂ ਟੇਬਲ ਦਾ ਖਾਣਾ ਕਲੈਕਟ ਕਰਦੇ ਨੇ ਜੀ ਜੀ, ਟੇਬਲ ਤੇ ਸਰਵ ਕਰ ਦਿੰਦੇ ਨੇ। ਮਾਸ਼ਾਅੱਲਾ, ਤੇ ਗਰਮਾ ਗਰਮ ਖਾਣਾ ਉਹਨਾਂ ਦਾ ਪਹੁੰਚ ਜਾਂਦਾ। ਵੇਖ ਲਓ ਮਾਸ਼ਾਅੱਲਾ ਜੀ, ਰੋਟੀਆਂ ਕਿੰਨੀਆਂ ਸੋਹਣੀਆਂ ਤੇ ਨਾਲ ਕੜਾਈ ਵੀ ਕਿੰਨੀ ਵਧੀਆ ਜੀ ਲੱਗ ਰਹੀ ਹੈ ਜੀ। ਕਿਆ ਜ਼ਬਰਦਸਤ ਜੀ ਕੜਾਈ ਤਿਆਰ ਹੋਈ ਹੈ। ਵਾਹ, ਕੰਮ ਬੜਾ ਬਿਜ਼ੀ ਹੈ ਮਾਸ਼ਾਅੱਲਾ, ਆਰਡਰ ਤੇ ਆਰਡਰ ਇਹਨਾਂ ਦੇ ਆ ਰਹੇ ਨੇ। ਤੇ ਇੱਧਰ ਮਾਸ਼ਾਅੱਲਾ ਭਾਈ, ਅਸਲਾਮ ਅਲੈਕੁਮ ਜਨਾਬ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਠਾਕ। ਕਿਹੜੀਆਂ ਬੋਟੀਆਂ ਲਾ ਰਹੇ ਹੋ ਜਨਾਬ? ਮਿਕਸ ਗ੍ਰਿਲ ਹੈ। ਮਿਕਸ ਗ੍ਰਿਲ ਲਾ ਰਹੀ ਹੈ ਤੇ ਵੇਖ ਲਓ ਜੀ, ਮਿਕਸ ਗ੍ਰਿਲ ਨਾਲ ਸੀਖ ਸੀਖ ਕਬਾਬ ਬੜੇ ਵਧੀਆ ਜੇ ਤੇ ਨਾਲ ਲੈਮ ਚੌਪਸ ਹੈ ਜੀ। ਇਹ ਮੱਛੀ ਤਿਆਰ ਹੋ ਗਈ ਹੈ। ਅੱਛਾ, ਅੱਛਾ ਮਾਸਟਰ ਹੋਏ ਇਹਦਾ ਮਤਲਬ ਹੈ? ਆਏ ਉਹ ਪਿਆਰ ਮੁਹੱਬਤ ਸ਼ਾਮਿਲ ਹੈ ਤਾਂ ਬੜਾ ਸਵਾਦ ਦਿੰਦੀ ਹੈ ਗ੍ਰਿਲ, ਕਿਉਂ ਜੀ? ਤੇ ਨਾਲ ਇਹਦਾ ਜੀ ਪਿਆਰ ਮੁਹੱਬਤ ਹੋਏਗੀ ਤੇ ਗ੍ਰਿਲ ਦਾ ਤੇ ਆਪਣਾ ਹੀ ਸਵਾਦ ਹੋਏਗਾ। ਆਏ ਕਿਆ ਬਾਤ ਹੈ ਜਨਾਬ, ਲੋ ਆਮ ਨੂੰ ਸੇਵਾ ਕਰੋ। ਤੇ ਮਾਸ਼ਾਅੱਲਾ ਇੱਧਰ ਕੜਾਈਆਂ ਵੀ ਵਧੀਆ ਜਿਹੀਆਂ ਤਿਆਰ ਹੋ ਰਹੀਆਂ ਨੇ। ਕਿਆ ਜ਼ਬਰਦਸਤ ਜੀ ਕੜਾਈ ਤਿਆਰ ਹੋ ਰਹੀ ਹੈ ਮਾਸ਼ਾਅੱਲਾ, ਵੇਖ ਲਓ ਜੀ ਕੜਾਈ। ਮਾਸ਼ਾਅੱਲਾ ਵੇਖ ਲਓ ਜੀ, ਕੜਾਈਆਂ ਤੇ ਨਾਲੋ ਨਾਲ ਤਿਆਰ ਹੋ ਰਹੀਆਂ ਨੇ, ਕੰਮ ਬੜਾ ਬਿਜ਼ੀ ਹੈ ਤੇ ਲੈਮ ਕੜਾਈ ਇੱਧਰ ਚੱਲ ਰਹੀ ਹੈ ਤੇ ਵਧੀਆ ਜਿਹਾ ਸਾਫ ਸੁਥਰਾ ਜਿਹਾ ਮਾਹੌਲ ਹੈ ਜੀ। ਬਿਲਕੁਲ ਪਿੰਡ ਵਾਲੇ ਖਾਣਾ ਨਜ਼ਰ ਆ ਰਿਹਾ ਸਾਹਮਣੇ, ਜਿਵੇਂ ਆਪਣੇ ਪਿੰਡ 'ਚ ਖਾਣੇ ਮਿਲਦੇ ਨੇ ਨਾ ਉਹੀ ਕੜਾਈ ਇੱਥੇ ਮਾਸ਼ਾਅੱਲਾ ਵੇਖ ਲਓ। ਕਿਆ ਜ਼ਬਰਦਸਤ ਜੀ ਲੋਕਾਂ ਆ ਗਏ ਜੀ ਜੀ, ਬੜੇ ਮਸ਼ਹੂਰ ਸ਼ੈਫ ਨੇ ਗੁਜਰਾਂਵਾਲਾ ਦੇ, ਗੁਜਰਾਂਵਾਲਾ ਦੇ ਸ਼ੈਫ ਨੇ। ਇਹਨਾਂ ਦਾ ਆਪਣਾ ਵੀ ਮਾਨਚੈਸਟਰ ਰੈਸਟੋਰੈਂਟ ਸੀ। ਅੱਛਾ, ਤੇ ਮਾਸ਼ਾਅੱਲਾ ਸਾਡੇ ਕੋਲ ਨੇ ਗੁਜ਼ਿਸ਼ਤਾ ਜਦੋਂ ਦੀ ਸਾਡੀ ਓਪਨਿੰਗ ਹੋਈ 6-7 ਸਾਲ ਤੋਂ। ਅੱਛਾ, ਤੇ ਇਹ ਸਾਰੀ ਇਹਨਾਂ ਦੀ ਹੱਥੀਂ ਬਰਕਤਾਂ ਨੇ ਮਾਸ਼ਾਅੱਲਾ ਜੀ। ਕਿਹੜਾ ਹੀ ਬਣਾਉਂਦੇ ਨੇ ਰੈਸਟੋਰੈਂਟ ਚੱਲਦੇ ਹੀ ਸ਼ੱਕ ਲਓ ਜੀ, ਪਿੰਡ ਦੇ ਖਾਣੇ ਵਿਖਾਏ ਆ ਤੁਹਾਨੂੰ ਮਾਸ਼ਾਅੱਲਾ, ਇਹ ਜ਼ਬਰਦਸਤ ਲੱਗਦਾ। ਚਿਕਨ ਕੜਾਈ ਤਿਆਰ ਹੋ ਰਹੀ ਹੈ ਆਸਤਾ ਆਸਤਾ। ਵਾਹ ਜੀ ਵਾਹ, ਕੜਾਈਆਂ ਲੱਗੀਆਂ ਨੇ ਵਧੀਆ ਵਧੀਆ ਦੀਆਂ ਤਿਆਰ ਹੋ ਰਹੀਆਂ ਨੇ। ਲਓ ਜੀ, ਦਹੀਂ ਤਾਂ ਜਾਏਗੀ ਨਾ ਜੀ। ਮਾਸ਼ਾਅੱਲਾ ਜੀ, ਸਾਡਾ ਆਰਡਰ ਵੀ ਆ ਗਿਆ ਤੇ ਵੇਖ ਲਓ ਕਿੰਨਾ ਸੋਹਣਾ ਸੋਹਣਾ ਲੱਗ ਰਿਹਾ ਜੀ। ਵਾਹ ਜੀ ਵਾਹ, ਚਲੋ ਜੀ ਮਾਸ਼ਾਅੱਲਾ ਭਾਈ, ਉਹਨਾਂ ਲੱਸੀ ਵੀ ਦਿੱਤੀ ਹੈ ਬੜੀ ਵਧੀਆ ਜੀ। ਚਲੋ ਟਰਾਈ ਤਾਂ ਕਰ ਲੈਂਦੇ ਹਾਂ, ਵੇਖ ਲਓ ਕਿਆ ਜ਼ਬਰਦਸਤ ਲੱਸੀ ਹੈ ਜਨਾਬ। ਐਸੀ ਲੱਸੀ ਮੈਂ ਨਹੀਂ ਪੀਣੀ, ਚਾਚੇ ਹੋਣ ਦੇਣੀ ਹੈ। ਲਓ ਜਾਗਾ ਜੀ ਲੱਸੀ ਜੋ ਕਰੋ।
माशाल्लाह जी सारे बैठे हैं, कुछ उधर बैठे ने, बड़े भाई जी इंजॉय कर रहे हैं, चाचा जी उधर लगे ने, खाना इन्ना बड़ा वधिया ते स्टार्टर मंगाया सी, स्टार्टर ते यकीन करो बड़ा वधिया ते स्वाद दे रहा है, ते माशाल्लाह लस्सी दा जग भी ते नाल ही सी। हां जी, हां जी अबू जी कैसा खाना? जी साड़ी कढ़ाई भी आ गई वेख लो भाई, बड़ी वधिया जी लग रही है। खाना आ गया कितना वधिया जा, वेख लो स्पेशल भाई उन्होंने दिता जी नान, कहने कुलचा दिता है, मैं ट्राई कर दिया, कढ़ाई खावांगे तो नाल पता लगेगा ना। बिस्मिल्लाह, यकीन करो कढ़ाई का बड़ा वधिया जिहा स्वाद है, ये कैसी भाई जोड़ा पिंड ते पिंड वाली कढ़ाई का स्वाद आ रहा है, पूरा टब्बर बैठा है तो कढ़ाई खाली हो गई है, इंजॉय कर रहे हो, तुम भी आओ, ये पिंड का जायका लेना ब्रेडफोर्ट के अंदर। माशाल्लाह जी पिंड का खाना असी काफ़ी इंजॉय किया, हूँ असी निकल चलें घर, हूँ रात पै गई तो थोड़ा बहुत ही शेयर किया, असी कोई ज़्यादा शेयर नहीं किया, तो उम्मीद है तुहानू पिंड का खाना तो वेखे ही होना, तो लाजमी गेड़ा लोगे पिंड ब्रैडफोर्ड के अंदर, तो सारी गल है ब्रैडफोर्ड के अंदर पिंड वधिया जा, तो लो गेड़ा तो खाओ इंजॉय करो, इन्हें खाने वधिया जे।